ਸਟੂਡੈਂਟਸ, ਕੱਲ੍ਹ ਆਪਾਂ ਕੀਤਾ ਸੀਗਾ ਪੋਲਨ ਗ੍ਰੀਨ ਦੀ ਸਟਰਕਚਰ ਤੱਕ ਆਪਾਂ ਕੰਮ ਕਰ ਲਿਆ ਅਤੇ ਅੱਜ ਆਪਾਂ ਇਸ ਤੋਂ ਬਾਅਦ ਪੋਲਨ ਗ੍ਰੀਨ ਦੀ ਸਟਰਕਚਰ ਕਰਨੀ ਹੈ। ਪੋਲਨ ਗ੍ਰੀਨ ਦੀ ਸਟਰਕਚਰ ਦੇਖੋ ਤੁਸੀਂ, ਇਸ ਇਹ ਹੈ ਤੁਹਾਡੇ ਕੋਲ ਐਕਸਾਈਨ ਬਣੀ ਹੋਈ ਹੈ ਸਪੋਰੋਲੈਨਿਨ ਤੋਂ। ਸਪੋਰੋਲੈਨਿਨ ਬਹੁਤ ਜ਼ਿਆਦਾ ਟਫ ਮਟੀਰੀਅਲ ਹੁੰਦਾ, ਠੀਕ ਹੈ। ਇੰਟਰਨਲ ਲੇਅਰ ਨੂੰ ਅਸੀਂ ਕਹਿੰਦੇ ਹਾਂ ਇੰਟਾਈਨ, ਜਿਸ ਨੂੰ ਕਹਿੰਦੇ ਹਾਂ ਜਿਹੜੀ ਬਣੀ ਕਿਸ ਚੀਜ਼ ਦੀ ਹੋਈ ਹੈ, ਸੈਲੂਲੋਜ਼ ਅਤੇ ਪੈਕਟਿਨ ਦੀ। ਅੰਦਰ ਬਹੁਤ ਇੱਕ ਵੈਜੀਟੇਟਿਵ ਸੈੱਲ ਹੈ ਜੋ ਕਿ ਫੂਡ ਨੂੰ ਰਿਜ਼ਰਵ ਕਰਦਾ ਹੈ। ਨੀਚੇ ਤੁਹਾਡੇ ਕੋਲ ਹੈ ਜਨਰੇਟਿਵ ਸੈੱਲਸ ਅਤੇ ਉੱਪਰ ਹੈ ਜੰਪੋਰ। ਜੰਪੋਰ ਗੈਸ ਐਕਸਚੇਂਜ ਨੂੰ, ਉਹੀ ਦੇਖੋ ਤਿੰਨੋਂ ਚੀਜ਼ਾਂ ਆ ਗਈਆਂ, ਪ੍ਰੋਟੈਕਸ਼ਨ ਦਾ ਕੰਮ ਕਰਨਗੀਆਂ ਦੋ ਲੇਅਰ, ਐਕਸਾਈਨ ਅਤੇ ਇੰਟਾਈਨ। ਅਤੇ ਫੂਡ ਰਿਜ਼ਰਵ ਦਾ ਕੰਮ ਕੌਣ ਕਰ ਰਿਹਾ? ਵੈਜੀਟੇਟਿਵ ਸੈੱਲ। ਅਤੇ ਗੈਸ ਐਕਸਚੇਂਜ ਦਾ ਕੰਮ ਕਰ ਰਿਹਾ ਹੈ ਜੰਪੋਰ। ਜਿਹੜਾ ਇਹ ਜਨਰੇਟਿਵ ਸੈੱਲ ਹੈ, ਇਹ ਅੱਗੇ ਡਿਵਾਈਡ ਹੋ ਕੇ ਅੱਗੇ ਦੋ ਡਿਵਾਈਡ ਹੋਏਗਾ ਅਤੇ ਇਸ ਤੋਂ ਦੋ ਮੇਲ ਗੈਮੀਟ ਬਣਦੇ ਆ, ਦੋ ਮੇਲ ਗੈਮੀਟਸ। ਇਹ ਹੈ ਤੁਹਾਡੇ ਕੋਲ ਪੋਲਨ ਗ੍ਰੇਨ ਜਾਂ ਮੇਲ ਗੈਮੀਟੋਫਾਈਟ। ਆਮ ਤੌਰ 'ਤੇ ਜਦੋਂ ਪੋਲਨ ਗ੍ਰੇਨ ਰਿਲੀਜ਼ ਹੁੰਦਾ, ਜਾਂ ਤਾਂ ਉਸ ਵਿੱਚ ਵੈਜੀਟੇਟਿਵ ਅਤੇ ਜਨਰੇਟਿਵ ਦੋ ਸੈੱਲਸ ਹੋਣਗੇ, ਜਾਂ ਇਹ ਹੋ ਸਕਦਾ ਵੀ ਜਨਰੇਟਿਵ ਸੈੱਲ ਮੇਲ ਗੈਮ ਦੋ ਮੇਲ ਗੈਮੀਟ ਵਿੱਚ ਉਹ ਡਿਵਾਈਡ ਹੋ ਜਾਵੇ। ਹੁਣ ਆਪਾਂ ਸਾਰਾ ਕਰ ਲਿਆ ਕਿ ਕਿਸ ਢੰਗ ਦੇ ਨਾਲ ਆਪਣੇ ਕੋਲ ਇੱਕ ਮੇਲ ਰੀਪ੍ਰੋਡਕਟਿਵ ਸਿਸਟਮ ਦੀ ਅਸੀਂ ਜਿਹੜੀ ਡਾਇਗ੍ਰਾਮ ਆਪਾਂ ਸਾਰਾ ਕੰਮ ਕਰ ਚੁੱਕੇ ਹਾਂ। ਇਸ ਤੋਂ ਬਾਅਦ ਤੁਹਾਡੇ ਕੋਲ ਸ਼ੁਰੂ ਹੋ ਜਾਂਦਾ ਫੀਮੇਲ ਰੀਪ੍ਰੋਡਕਟਿਵ ਸਿਸਟਮ। ਬੱਚੋ, ਜਿਹੜਾ ਫੀਮੇਲ ਰੀਪ੍ਰੋਡਕਟਿਵ ਸਿਸਟਮ ਹੈ, ਅਸੀਂ ਪਲੱਸ ਵਨ ਦੇ ਵਿੱਚ ਵੀ ਕੀਤਾ ਸੀਗਾ ਵੀ ਜਦੋਂ ਫੀਮੇਲ ਰੀਪ੍ਰੋਡਕਟਿਵ ਸਿਸਟਮ ਦੇ ਵਿੱਚ ਅਸੀਂ ਕੀਤਾ ਕਿ ਜਿਹੜੀ ਓਵਰੀ ਹੈ, ਜਿਸ ਦੇ ਸਾਰੇ ਕਾਰਪਲਸ, ਜਿਹੜੇ ਕਾਰਪਲ ਫਿਊਜ ਹੋਣਗੇ, ਅਸੀਂ ਉਸਨੂੰ ਸਿਨ ਕਾਰਪਸ ਓਵਰੀ ਕਹਿੰਦੇ ਹਾਂ। ਆਹ ਤੁਹਾਡੇ ਕੋਲ ਡਾਇਗ੍ਰਾਮ ਆਪਾਂ ਪਲੱਸ ਵਨ ਦੇ ਵਿੱਚ ਕੀਤੀ ਸੀਗੀ। ਜਿਸ ਦੇ ਕਾਰਪਲਸ ਫਰੀ ਹੋਣਗੇ ਉਹ ਐਪੋਕਾਰਪਿਸ ਹੋਏਗੀ, ਸੁਪੀਰੀਅਰ ਓਵਰੀ, ਇਨਫੀਰੀਅਰ ਓਵਰੀ, ਉਹ ਸਾਰਾ ਕੰਮ ਆਪਾਂ ਪਲੱਸ ਵਨ ਦੇ ਵਿੱਚ ਕਰ ਚੁੱਕੇ ਹਾਂ। ਜੇ ਆਪਾਂ ਪਿਸਟਲ ਦੀ ਗੱਲ ਕਰਦੇ ਹਾਂ, ਪਿਸਟਲ ਆਪਣੇ ਕੋਲ ਆ ਗਿਆ। ਇਹ ਦੇਖੋ ਪੂਰੀ ਦੀ ਪੂਰੀ ਡਾਇਗ੍ਰਾਮ ਪਿਸਟਲ ਦੀ ਹੈ। ਸਟਿਗਮਾ ਸਟਿੱਕੀ ਹੈ, ਪੋਲਨ ਗ੍ਰੇਨ ਨੂੰ ਰਿਸੀਵ ਕਰੇਗਾ। ਸਟਾਈਲ ਹੈ ਜਿਹੜਾ ਕਿ ਏਅਰ ਅਤੇ ਵਾਟਰ ਤੋਂ ਸਟਿਗਮਾ ਨੂੰ ਹੈਲਪ ਕਰਦਾ ਹੈ ਪੋਲਨ ਗ੍ਰੇਨ ਰਿਸੀਵ ਕਰਨ ਲਈ। ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਓਵਰੀ। ਓਵਰੀ ਦੇ ਅੰਦਰ ਓਵਿਊਲ ਹੋਣਗੇ, ਇਹ ਥੈਲਮਸ ਹੈ ਜਿਸ ਦੇ ਨਾਲ ਇਹ ਫਲਾਰ ਦੇ ਨਾਲ ਜਿਹੜਾ ਅਟੈਚਮੈਂਟ ਹੋਏਗੀ। ਜੇ ਆਪਾਂ ਇਸ ਓਵਰੀ ਨੂੰ ਡੈਕਸੈਕਟ ਕਰੀਏ, ਤੁਸੀਂ ਪ੍ਰੈਜੈਂਟੇਸ਼ਨ ਦੀ ਕਈ ਵਾਰ ਆਪਾਂ ਸਲਾਈਡ ਵੀ ਬਣਾਈ ਹੈ, ਤੁਸੀਂ ਦੇਖਿਆ ਇਸ ਚੀਜ਼ ਨੂੰ, ਤਾਂ ਉਸ ਦੀ ਇੱਕ ਡਾਇਗ੍ਰਾਮ ਜੇ ਆਪਾਂ ਇਕੱਲੇ ਓਵਿਊਲ ਨੂੰ ਲੈਂਦੇ ਹਾਂ, ਮਾਈਕਰੋਸਕੋਪ ਦੇ ਨੀਚੇ ਦੇਖੋਗੇ ਤਾਂ ਤੁਹਾਨੂੰ ਇੱਕ ਸਿੰਗਲ ਓਵਿਊਲ ਇਸ ਢੰਗ ਦਾ ਨਜ਼ਰ ਆਏਗਾ। ਇਸ ਦੇ ਵਿੱਚ ਕੀ ਚੀਜ਼ ਹੈ ਬੱਚੋ? ਸਭ ਤੋਂ ਬਾਹਰ ਦੇਖੋ ਆਊਟਰ ਅਤੇ ਇਨਰ ਇੰਟਰਗੂਮੈਂਟ ਆ, ਠੀਕ ਹੈ। ਇਹ ਕੀ ਕੰਮ ਕਰਦੇ ਆ? ਪ੍ਰੋਟੈਕਸ਼ਨ ਦਾ। ਫਿਰ ਆਪਾਂ ਉਹੀ ਚੀਜ਼ਾਂ ਲਵਾਂਗੇ। ਇਸ ਦੇ ਅੰਦਰ ਹੈ ਨਿਊ ਸੈੱਲਸ, ਇਹ ਫੂਡ ਰਿਜ਼ਰਵ ਦਾ ਕੰਮ ਕਰੇਗਾ। ਇਹ ਮਾਈਕਰੋਪਾਈਲਰ ਐਂਡ ਆ ਥੋੜ੍ਹਾ ਜਿਹਾ ਉਪ, ਜਿੱਥੇ ਇੰਟੈਗੂਮੈਂਟਸ ਆਊਟਰ ਅਤੇ ਇਨਰ ਇੰਟੈਗੂਮੈਂਟ ਜਿਸ ਪੁਆਇੰਟ 'ਤੇ ਨਹੀਂ ਹੋਣਗੀਆਂ, ਉਹ ਸੈਂਟਰ ਨੂੰ ਕਹਿੰਦੇ ਆ ਮਾਈਕਰੋਪਾਈਲਰ। ਇਹ ਗੈਸ ਐਕਸਚੇਂਜ ਦਾ ਕੰਮ ਕਰੇਗੀ। ਇਸ ਦੇ ਅੰਦਰ ਹੈ ਨਿਊ ਸੈੱਲਸ, ਫੂਡ ਰਿਜ਼ਰਵ। ਨਿਊ ਸੈੱਲਸ ਦੇ ਅੰਦਰ ਸਾਡੇ ਕੋਲ ਕੀ ਹੈ? ਐਮਬਰੀਓ ਸੈਕ, ਜਿਹੜਾ ਕਿ ਫੀਮੇਲ ਗੈਮੀਟੋਫਾਈਟ ਦਾ ਕੰਮ ਕਰਦੇ ਆ। ਮਾਈਕਰੋਪਾਈਲ ਦੇ ਅਪੋਜਿਟ ਐਂਡ ਨੂੰ ਅਸੀਂ ਚਲੇਜਲ ਐਂਡ ਕਹਿੰਦੇ ਹਾਂ। ਤੁਹਾਡੇ ਕੋਲ ਆਹ ਗੱਲ ਕਲੀਅਰ ਹੋ ਰਹੀ ਹੈ ਵੀ ਜਿਹੜਾ ਅਪੋਜਿਟ ਐਂਡ ਹੈ ਦੈਟ ਇਜ਼ ਦਾ ਚਲੇਜਲ ਐਂਡ। ਇਹ ਤੁਹਾਡੇ ਕੋਲ ਪੂਰੀ ਦੀ ਪੂਰੀ ਇੱਕ ਐਨਾਟ੍ਰੋਪਸ ਓਵਿਊਲ ਹੈ। ਓਵਿਊਲ ਕਾਫੀ ਸਾਰੇ ਟਾਈਪ ਦੇ ਹੁੰਦੇ ਆ ਆਪਣੇ ਕੋਲ। ਆਪਣੇ ਸਿਲੇਬਸ 'ਚ ਸਿਰਫ ਹੈ ਐਨਾਟ੍ਰੋਪਸ ਓਵਿਊਲ। ਓਵਿਊਲ ਨੂੰ ਹੀ ਅਸੀਂ ਮੈਗਾ ਸਪੋਰੈਂਜੀਅਮ ਕਹਿੰਦੇ ਹਾਂ। ਦੇਖੋ ਓਵਿਊਲ ਦਾ ਦੂਸਰਾ ਨਾਮ ਕੀ ਹੈ? ਮੈਗਾ ਸਪੋਰੈਂਜੀਅਮ। ਜਦੋਂ ਕਿ ਓਵਿਊਲ ਦੇ ਅੰਦਰ ਜਿਹੜਾ ਐਮਬਰੀਓ ਸੈਕ ਹੈ, ਦੈਟ ਇਜ਼ ਨੋਨ ਐਜ ਫੀਮੇਲ ਗੈਮੀਟੋਫਾਈਟ। ਹੁਣ ਆਪਾਂ ਆ ਜਾਂਦੇ ਹਾਂ ਫੀਮੇਲ ਗੈਮੀਟੋਫਾਈਟ ਦੇ ਉੱਪਰ। ਇਸ ਚੀਜ਼ ਨੂੰ ਬੱਚੋ, ਇਹ ਤੁਹਾਡਾ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ 5 ਨੰਬਰ ਦਾ ਕੁਐਸਚਨ ਹੈ। ਦਿਸ ਇਜ਼ ਦਾ ਐਮਬਰੀਓ ਸੈਕ, ਠੀਕ ਹੈ। ਐਮਬਰੀਓ ਸੈਕ ਤੁਹਾਡੇ ਕੋਲ ਆ ਗਿਆ। ਐਮਬਰੀਓ ਸੈਕ ਇਸ ਟਾਈਪ ਦਾ, ਜਦੋਂ ਮੈਂ ਓਵਿਊਲ ਬਣਾਉਂਦੀ ਹਾਂ, ਇਸਨੂੰ ਔਰਥੋਟੋਪਸ ਓਵਿਊਲ ਕਹਿੰਦੇ ਆ। ਇਹ ਆਪਾਂ ਕਲਾਸ ਦੇ ਵਿੱਚ ਸਾਰੇ ਓਵਿਊਲਸ ਕਰਾਂਗੇ। ਇਹ ਦੇਖੋ ਜਿਹੜਾ ਇੱਕ ਐਮਬਰੀਓ ਸੈਕ ਹੈ, ਐਮਬਰੀਓ ਸੈਕ ਦਾ ਇੱਕ ਸੈੱਲ, ਸਿੰਗਲ ਸੈੱਲ, ਇਹ ਵਰਕ ਕਰੇਗਾ ਮੈਗਾਸਪੋਰ ਮਦਰ ਸੈੱਲ ਦੀ ਤਰ੍ਹਾਂ ਦੇ। ਅਤੇ ਜਦੋਂ ਮੈਗਾਸਪੋਰ ਮਦਰ ਸੈੱਲ ਬਣੇਗਾ, ਇਸ ਜਾਏਗਾ ਅੰਡਰਗੋ ਮਿਓਸਿਸ। ਮਿਓਸਿਸ ਤੋਂ ਤੁਹਾਡੇ ਕੋਲ ਕੀ ਬਣ ਗਿਆ? 4 ਮੈਗਾਸਪੋਰ, ਠੀਕ ਹੈ। ਜਦੋਂ ਇਹ ਆਹ ਦੇਖੋ 4 ਮੈਗਾਸਪੋਰ, 1, 2, 3, 4, ਚਾਰਾਂ ਵਿੱਚੋਂ ਕੀ ਹੋਏਗਾ? 3 ਡੀਜਨਰੇਟ ਹੋ ਜਾਣਗੇ, 1 ਫੰਕਸ਼ਨਲ ਰਹਿ ਜਾਏਗਾ, ਠੀਕ ਹੈ। 1 ਕੀ ਰਹਿ ਗਿਆ ਤੁਹਾਡੇ ਕੋਲ? ਫੰਕਸ਼ਨਲ। ਹੁਣ ਜਿਹੜਾ ਫੰਕਸ਼ਨਲ ਮੈਗਾਸਪੋਰ ਇੱਕ, ਕਿਉਂਕਿ ਇੱਕੋ ਹੀ ਰਹਿ ਗਿਆ, ਅਸੀਂ ਇਸਨੂੰ ਕਹਿੰਦੇ ਹਾਂ ਮੋਨੋਸਪੋਰਿਕ। ਇਸ ਦਾ ਨਾਮ ਆ ਜਾਂਦਾ ਮੋਨੋਸਪੋਰਿਕ ਡਿਵੈਲਪਮੈਂਟ। ਹੁਣ ਜਿਹੜਾ ਫੰਕਸ਼ਨਲ ਮੈਗਾਸਪੋਰ ਹੈ,
यह जाएगा फर्स्ट माइटोसिस जिस तो बन जाएगा 2 साल, दूसरी माइटोसिस होके 2 तो की बन जाएंगे 4, तीसरी माइटोसिस होके बन जाएंगे 8 साल। हुण जो ये 8 न्यूक्लियाई अंदर बन गए 8 साल तो एक इन्ह की अरेजमेंट होएगी। इन्ह की अरेजमेंट में की है जो माइक्रोपाइलर एंड ते है यह है सिनर्जिड, ठीक है। ये की बन गए थोड़े को सिनर्जिड्स, 3 सैल ने ते 3 न्यूक्लियस है। सेंटर भी साढ़े को एक सेंट्रल सैल बनेगा पर इसके अंदर 2 न्यूक्लियाई होंगे, तुहानू नज़र आ रहे ना 2 न्यूक्लियाई है। इतने अपने को आ गया एंटीपोडल, एंटीपोडल 3 सैल है तो 3 न्यूक्लियाई है। तुसी इस चीज़ को हुण ध्यान नाल चेक करो कि जे आप एम्ब्रियो सैक दी तुहाडे कोल आम तौर पर पेपर च क्वेश्चन आता एक्सप्लेन एम्ब्रियो सैक 8 न्यूक्लियाई 7 सैल्ड स्ट्रक्चर, वो तुहाडे कोल या क्वेश्चन किया जाता है मोनोस्पोरिक डिवेलपमेंट ऑफ फीमेल गमीटोफाइट। फीमेल गमीटोफाइट अपने कोल की सीगा एम्ब्रियो सैक, उसकी मोनोस्पोरिक डिवेलपमेंट किवें हुई भी पहला माइटो मियोसिस तो जिहड़े 4 बने 3 डीजनरेट हो गए, इक्को ही कला है जिसकी अगे डिवेलपमेंट हो रही है, इसलिए असं इन मोनोस्पोरिक कहने। इसकी पहली माइटोटिक तो की बन गया 2, 2 तो 4, 4 तो 8, 8 की अरेजमेंट होएगी। जो थोड़े को 8 की अरेजमेंट हो रही है तो थोड़े को सिनर्जिड बनेगा माइक्रोपाइलर, ये ध्यान रखना सिनर्जिड हमेशा माइक्रोपाइलर एंड ते होंगे ने, सेंटर से सेंट्रल न्यूक्लियस ते नीचे थोड़े को आ गया इतने, हाँ 2 सिनर्जिड है तो सेंटर वाला जोड़ा है दिस इज द एग। अपने को एक पार्ट रह गया करन वाला द सेंट्रल पार्ट इज द एग, 2 सिनर्जिड है तो एक अपने को एग है एट द माइक्रोपाइलर एंड। फिर थोड़े को आ गया सेंट्रल सैल विद द 2 न्यूक्लियाई, एंटीपोडल 3 सैल 3 न्यूक्लियस। तो जे आप इस सारे एक्सप्लेन करिए इस सारे थोड़े को सारे क्लीयर हो रहा 2 सिनर्जिड तो एक एग, इन्ह तीन इन्ह का 3 सैल 3 न्यूक्लियाई हो गए 3 सैल हो गए। सेंट्रल दे विच तुहाडे कोल की चीज़ की है एक सेंट्रल सैल है पर इनके अंदर 2 पोलर न्यूक्लियाई है, ठीक है क्लीयर हो रहा तुहानू सारिआं नूं। तो नीचे अपने कोल की आ गया एंटीपोडल, एंटीपोडल विच की है 3 सैल है 3 न्यूक्लियाई है। जे तुसीं इस नूं सारे नूं इसे कल्ली स्ट्रक्चर नूं ध्यान नाल देखो तो तुहाडे कोल बन गया की बन गया 8 न्यूक्लियाई 7 सैल्ड एम्ब्रियो सैक, ठीक है। हुण तुहाडे कोल इत्थे की बन गया एग, एग की चीज़ की है फीमेल गैमीट। नाउ एग की चीज़ की है फीमेल गैमीट, एग अपने कोल की चीज़ की है फीमेल गैमीट। तो उधर आप जो पोलन ग्रेन किया तो पोलन ग्रेन दे विच तुहाडे कोल जनरेटिव सैल तो की बन गया, जनरेटिव सैल तो तुहाडे कोल बन गया मेल गैमीट, ठीक है। हुण मेल गैमीट ते तुहाडे तुसी मेन कित्थे पहुँचना सी मेल गैमीट ते फीमेल गैमीट, ये दोनों की फॉरमेशन तुहाडे कोल होगी। नाउ वट इज़ रिक्वायर्ड, मेल गैमीट हैज़ टू बी रीच टू द फीमेल गैमीट। फीमेल गैमीट तक पहुँचने दे लई की होएगा, दिस प्रोसेस इज कॉल्ड पोलीनेशन, दिस इज कॉल्ड पोलीनेशन। इज इट क्लीयर, ठीक है। हुण आपां अज तुसीं इत्थों तक दा कम करो पोलीनेशन, कल आपां करांगे टाइप्स डिफरेंट टाइप्स ऑफ पोलीनेशन ते फिर यह सारी दी सारी डिवेलपमेंट। हैव अ गुड डे स्टूडेंट्स, थैंक यू।